ਅੱਜ ਦਾ ਬਲੌਗ ਜਿਹੜਾ ਐ ਸੇ ਪੂਰੇ ਸਾਲ ਲਿਓ ਯਾਦ ਕੀਤਾ ਜਾਦਾ ਯਾਨੀ ਕਿ ਅੱਜ ਐ 31 ਦਸੰਬਰ ਤਾਂ ਅੱਜ ਐ ਸਾਲੇ ਦਾ ਲਾਸਟ ਦਿਨ ਤਾਂ ਲਾਸਟ ਦਿਨੇ ਜੋ ਬਾਏ ਬਾਏ ਕਹਨੇ ਨਵੇਂ ਸਾਲੇ ਦਾ ਸਵਾਗਤ ਹੈ ਥੋਇਓ ਮੇਰੇ ਬਲੌਗ ਕਦੇ ਲੱਗਦੇ ਥਾ ਕਮੈਂਟ ਕਰੀਨੇ ਦੱਸ ਹੀ ਸਕਦੇ ਕਿਉਂਕਿ ਕੋਸ਼ਿਸ਼ ਮੇਰੀ ਇਹ ਹੀ ਰਹਿੰਦੀ ਕਿ ਮੈਂ ਥੋਇਓ ਅੱਛੇ ਤੇ ਅੱਛੀ ਚੀਜ਼ ਜਿਹੜਾ ਐ ਸਹਿ ਤੁਹਾਂ ਬਚਪਨੇ ਚ ਪੁਰਾਣੀ ਜਿਹੜਾ ਤੁਹਾਂ ਦੀ ਹੈ ਯਾਦਾਂ ਨਾਲ ਜੁੜੀ ਹੋ ਸੈ ਲੈ ਨਾ ਹੋਆ ਕਨ ਕਈ ਵਾਰੀ ਹੁੰਦਾ ਕਿ ਕੁਝ ਲੋਕ ਕਹਿਓ ਆਪਣੀ ਬਚਪਨੇ ਦੀ ਯਾਦ ਹੱਲੀ ਵੀ ਯਾਦ ਹੁੰਦੀ ਕਨ ਅੱਲੀ ਵੀ ਖਾਂਦੇ ਤਿਨਾਂ ਚੀਜ਼ਾਂ ਹੋ ਪਰ ਕੁਝ ਲੋਕ ਜਿਹੜਾ ਜਿਹੜਾ ਸ਼ਹਿਰਾਂ ਚ ਰਹਿਣਾ ਲੱਗੀ ਪਏ ਹੋ ਕਨ ਆਪਣੀਆਂ ਤਿਨਾਂ ਸਵਾਦ ਦੇ ਜਿਹੜਾ ਐਸਾ ਯਾਦ ਕਰਦੇ ਪਰ ਤਿਨੇ ਬਿਲਕੁਲ ਵੀ ਯਾਦ ਨਹੀਂ ਰਹੀ ਹੁੰਦੀ ਕਨ ਜੇ ਆਲੂ ਮੈਂ ਵੀਡੀਓ ਪਾਉਂਦੀ ਤਾਂ ਇੱਕਦਮ ਸੈ ਤਿਨਾਂ ਚੀਜ਼ਾਂ ਦਿਖਦੇ ਕਨ ਖੁਸ਼ ਹੋ ਜਾਂਦੇ ਬੀ ਬੋਲਦੇ ਕਿ ਆਹ ਬਿਖਾ ਦੀ ਹੋਤੀ ਤਾਂ ਤੀਨਾ ਤਾਂ ਹੀ ਮੇਰਾ ਬਲੌਗ ਰਹਿੰਦਾ ਹੈ ਕਿਉਂਕਿ ਇਹ ਕਾਫੀ ਖੁਸ਼ ਹੁੰਦੇ ਉਸ ਟਾਈਮ ਜਦ ਲੋ ਜੀ ਇਹ ਚੀਜ਼ਾਂ ਆਉਂ ਦਿਖਦੇ ਨੇ ਆਂਦੀਆਂ ਪੁਰਾਣੀਆਂ ਚੀਜ਼ਾਂ ਜਿਹੜਾ ਕਿ ਖਤਮ ਹੋਉਂਦੀਆਂ ਤਾਂ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਕਿ ਹੋਈ ਸਕੇ ਕਿ ਇਹਨਾਂ ਚੀਜ਼ਾਂ ਨੂੰ ਥੋਇਓ ਬਾਰ-ਬਾਰ ਦਸਤੀ ਨੇ ਇਹਨਾਂ ਚੀਜ਼ਾਂ ਬਚਾਈ ਪਾਂ ਤਾਂ ਕਿ ਹਾਂ ਦੇ ਔਣੇ ਵਾਲੇ ਬੱਚੇ ਵੀ ਇਨਾਂ ਨੂੰ ਪਤਾ ਹੋਇਆ ਤਾਂ ਮੇਰਾ ਮਕਸਦ ਵੀ ਇਹ ਹੀ ਰਹਿੰਦਾ ਕਿ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਾਲ ਰੂਬਰੂ ਕਰਵਾ ਕੇ ਨਾ ਦੱਸਾਂ ਕਿ ਇਹ ਕਿਆ ਚੀਜ਼ਾਂ ਨੇ ਤਾਂ ਕਿ ਸੈ ਵੱਡੇ ਹੋਏ ਨੇ ਇਹਨਾਂ ਚੀਜ਼ਾਂ ਨੂੰ ਅੱਗੇ ਦੱਸਣ ਕਹਿੰਦੇ ਇਹਨਾਂ ਚੀਜ਼ਾਂ ਦਾ ਆਪਣੇ ਖਾਣ ਪੀਣ 'ਚ ਉਪਯੋਗ ਕਰਨ ਤਾਂ ਮੇਰੀ ਤਾਂ ਇਹ ਹੀ ਕੋਸ਼ਿਸ਼ ਰਹਿੰਦੀ ਕਿ ਮੈਂ ਜਿਤਨੀਆਂ ਹਨੀਆਂ ਛੁਪੀਆਂ लगभग छुपा दिए चीज़ा तिना मैं उजागर करा कैं थे तक लेना आवं जेड़ा थोड़ा स्वाद जब भूली चुके क्योंकि अजकल जेड़ा स्वाद है ना बहुत ज़्यादा वही तरह तरह का खान पान आई चाइनीज़ आई आ या फिर तरह तरह का आई आ रेस्टोरेंट होटल बधिया बदिया टेस्टी टेस्टी खाना बनाते थे पर आदि टाइम में क्या हों बस सीरा ਕੜਾ ਸੇਮੀਆਂ ਕੁਝ ਐਸੀ-ਐਸੀਆਂ ਚੀਜ਼ਾਂ ਹੁੰਦੀਆਂ ਸਹਿਬੀ ਆਹੇ ਰੋਜ਼ ਨਹੀਂ ਮਿਲਦੀਆਂ ਥੀਆਂ ਕੁਤਕੀ ਮਹੀਨੇ ਚ ਦੋ ਵਾਰੀ ਹੈ ਬਣਾਇਂਦੇ ਹੈ ਘਰੇ ਦੇ ਕਨੇ ਤੁਸੀਂ ਬੜੇ ਸਵਾਦ ਦੇ ਨਾਲ ਖਾਂਦੇ ਥੇ ਪਰ ਹੁਣ ਕੀ ਹੁਣ ਤਾਂ ਬੱਚੇ ਖਾਦੇ ਮੈਦੇ ਕਨੇ ਰੋਜ਼ ਦਿਹਾੜੀ ਫਿਰ ਪੇਟੇ ਚ ਮੈਦਾ ਹੀ ਮਿਲਦਾ ਕਨੇ ਕਈ ਬਿਮਾਰੀਆਂ ਵੀ ਲੱਗਾ ਹੀ ਆ ਪਰ ਆਹਦਾ ਟਾਈਮ ਤਾਂ ਸ਼ਾਇਦ ਭੁਲੀ ਨਹੀਂ ਪਾਣਾ ਹੈ ਤਾਂ ਮੇਰੀ ਕੋਸ਼ਿਸ਼ ਇਹ ਹੀ ਹੈ ਨੋਈਆਂ-ਨੋਈਆਂ ਚੀਜ਼ਾਂ ਜਿਹੜਾ ਸੈ ਲੈ ਨਾ ਹੋਏ ਕਨੇ ਥੋਆ ਪਸੰਦ ਕਰਨ ਤਾਂ ਕਮੈਂਟ ਕਰੀਨੇ ਥੋਆ ਵੀ ਦੱਸ ਸਕਦੇ ਕਿ ਮੈਂ ਕੈਸ ਪਰ ਵੀਡੀਓ ਬਣਾ ਕੁੰਦੇ ਚੀਜ਼ ਹੈ ਜਿਹੜਾ ਮਿੰਝੋ ਤੇ ਛੁਟੀ ਹੋ ਹੈ ਤਾਂ ਮੈਂ ਜ਼ਰੂਰ ਬਣਾਂਗੀ ਕਨ ਨਾ ਵੀ ਲਾਂਗੀ